ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸ ਇਨਕਲੂਡਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਰ ਫੇਰ ਸਾਂਝੀ ਕਰਨਾ ਚਾਹੁੰਦੇ ਹਾਂ ਜਾਣਕਾਰੀ ਕਿ ਇਟਲੀ ਦੇ ਵਿੱਚ ਫਿਲਹਾਲ ਅੱਜ ਵੀ ਕੱਚੇ ਬੰਦਿਆਂ ਨੂੰ ਪੱਕੇ ਕਰਨ ਦਾ ਕੋਈ ਅਪਡੇਟ ਨਹੀਂ ਆਇਆ ਜੇਕਰ ਕੋਈ ਵੀ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰੇ ਕਿ ਤੁਹਾਨੂੰ ਅਸੀਂ ਪੱਕਾ ਕਰਾ ਦਿੰਦੇ ਹਾਂ ਤਾਂ ਉਹ ਤੁਹਾਡੇ ਨਾਲ ਧੋਖਾ ਹੋਣ ਦੇ ਚਾਂਸ ਜ਼ਿਆਦਾ ਹੈ ਇਟਲੀ ਦੇ ਵਿੱਚ ਅਜ਼ੀਲ ਅਪਲਾਈ ਹੋ ਜਾਂਦੀ ਹੈ ਜਿਸ ਟਾਈਮ ਅਸੀਂ ਅਜ਼ੀਲ ਅਪਲਾਈ ਕਰਦੇ ਜਿਸ ਨੂੰ ਅਜ਼ਾਈਲਮ ਕਹਿੰਦੇ ਆ ਉਹ ਸਾਨੂੰ ਉਸ ਟਾਈਮ ਹੀ ਨਹੀਂ ਮਿਲਦੀ ਉਹਦਾ ਕੀ ਪ੍ਰੋਸੈਸ ਇਹ ਹੁੰਦਾ ਆ ਕਿ ਜਿਹੜਾ ਕੱਚਾ ਬੰਦਾ ਇੱਕ ਕਿਸਮ ਦੇ ਨਾਲ ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਉਸ ਨੂੰ ਅਪਾਇੰਟਮੈਂਟ ਮਿਲਦੀ ਆ ਤੇ ਉਸ ਪੇਪਰ ਦੇ ਨਾਲ ਇਟਲੀ ਦੇ ਵਿੱਚ ਬੰਦਾ ਰਹਿ ਸਕਦਾ ਕੰਮ ਕਰ ਸਕਦਾ ਹੌਲੀ ਹੌਲੀ ਕੰਟਰੈਕਟ ਕਰ ਸਕਦਾ ਡਰ ਕੇ ਨਹੀਂ ਰਹਿੰਦਾ ਇਸ ਤੋਂ ਇਲਾਵਾ ਜੇਕਰ ਪੱਕਾ ਹੋਣਾ ਅਜ਼ਾਈਲਮ ਇੱਕ ਲਾਸਟ ਰਸਤਾ ਜੇਕਰ ਪੱਕਾ ਹੋਣਾ ਮੈਰਿਸ ਬੀਜ ਤੇ ਬੰਦਾ ਹੋ ਸਕਦਾ ਜਾਂ ਫਿਰ ਤੁਹਾਡਾ ਬ੍ਰਦਰ ਜਾਂ ਸਿਸਟਰ ਬਲੱਡ ਰਿਲੇਸ਼ਨ ਦੇ ਵਿੱਚ ਬਲੱਡ ਰਿਲੇਸ਼ਨ ਦੇ ਵਿੱਚ ਬ੍ਰਦਰ ਸਿਸਟਰ ਜਾਂ ਫਿਰ ਮੰਮੀ ਡੈਡੀ ਦੇ ਵਿੱਚੋਂ ਕੋਈ ਇਸੇ ਕੋਲ ਇਟਾਲੀਅਨ ਨੈਸ਼ਨੈਟੀ ਹੋਵੇ ਤਾਂ ਉਸ ਬੇਸ ਦੇ ਉੱਤੇ ਤੁਹਾਨੂੰ ਜਿਹੜਾ ਪੱਕਾ ਕਰਵਾਇਆ ਜਾ ਸਕਦਾ ਜੇਕਰ 5 ਸਾਲ ਦੀ ਸਜੂਰਨ ਨਹੀਂ ਮਿਲਦੀ ਤਾਂ ਸਾਲ ਦੀ ਤਾਂ ਮਿਲ ਹੀ ਜਾਣੀ ਹੈ ਕਾਨੂੰਨ 5 ਸਾਲ ਦੀ ਸਜੂਰਨ ਹੁੰਦਾ ਮਿਲਣਾ ਪਰ ਕੋਈ ਕੋਈ ਕਸਤੂਰੇ ਵਾਲੇ ਥੋੜੇ ਜਿਹਾ ਪੇਪਰ ਕਾਗਜ਼ ਜਿਹੜੇ ਆ ਜਿਆਦਾ ਮੰਗ ਲੈਂਦੇ ਆ ਸ਼ਾਇਦ ਉਹ ਸਿਚੁਏਸ਼ਨ ਦੇ ਵਿੱਚ ਜਿਹੜੀ ਨਾਰਮਲ ਜਰਨ ਮਿਲ ਸਕਦੀ ਹੈ ਇਸ ਦੇ ਵਿੱਚ ਚਾਚਾ ਤਾਇਆ ਮਾਮਾ ਭੂਆ ਫੂਫੜ ਇਹ ਕੈਟਾਗਰੀ ਨਹੀਂ ਆਂਦੀ ਤੁਹਾਡਾ ਬਲੱਡ ਰਿਲੇਸ਼ਨ ਪਹਿਲਾਂ ਜਿਹਨੂੰ ਅਸੀਂ ਕਹਿੰਦੇ ਆ ਮੰਮੀ ਡੈਡੀ ਭੈਣ ਭਰਾ ਇਹ ਜਿਹੜੇ ਆ ਬਲੱਡ ਰਿਲੇਸ਼ਨ ਦੇ ਵਿੱਚ ਆਉਂਦੇ ਆ ਇਹਨਾਂ ਦੇ ਕੋਲ ਇਟਾਲੀਅਨ ਨੈਸ਼ਨੈਲਿਟੀ ਹੈ ਇਟਲੀ ਦੇ ਵਿੱਚ ਤੁਸੀਂ ਕੱਚੇ ਆਨੇ ਆ ਦੋ ਨੰਬਰ ਚਾਹਨੇ ਆ 9 ਮਹੀਨੇ ਦੇ ਪੇਪਰਾਂ ਤੇ ਆਨੇ ਆ ਸੀਜ਼ਨਲ ਵਰਕ ਪਰਮਿਟ ਤੇ ਆਨੇ ਐਂਟਰੀ ਤੇ ਆਨੇ ਉਸ ਸਿਚੁਏਸ਼ਨ ਦੇ ਵਿੱਚ ਤੁਹਾਡੇ ਜਿਹੜੇ ਪੇਪਰ ਬਣਨ ਦੇ ਚਾਂਸ ਬਹੁਤ ਨੇ ਤੇ ਜਿਹੜੇ ਤੁਹਾਡੇ ਪੇਪਰ ਆ 5 ਸਾਲ ਦੇ ਸਿੱਧੇ ਮਿਲ ਸਕਦੇ ਹੁਣ ਗੱਲ ਕਰਦੇ ਆ ਦੂਸਰੇ ਕੰਮ ਦੀ ਹੁਣ ਜਿੰਨੇ ਵੀ ਆਪਣੇ ਵੀਰਾਂ ਨੇ ਇਟਲੀ ਦੇ ਵਿੱਚ ਆਣਾ ਆ ਵਰਕ ਪਰਮਿਟ ਆ ਜਿਹੜਾ ਨਾ ਸੀਜ਼ਨਲ ਵਰਕ ਪਰਮਿਟ ਅਸੀਂ ਗੱਲ ਨੌਨ ਸੀਜ਼ਨਲ ਦੀ ਨਹੀਂ ਕਰ ਰਹੇ ਅਸੀਂ ਕਰ ਰਹੇ ਆ ਖੇਤੀਬਾੜੀ ਕਿਉਂਕਿ ਜ਼ਿਆਦਾਤਰ ਆਪਣੇ ਜਿਹੜੇ ਬੰਦਿਆਂ ਨਾਲ ਇਹੀ ਗੱਲ ਕੀਤੀ ਜਾਂਦੀ ਆ ਕਿ ਜਿਹੜੇ ਸਾਲ ਵਾਲੇ ਪੇਪਰ ਆ ਉਹ ਤਾਂ ਨਿਕਲਦੇ ਹੀ ਬਹੁਤ ਲੇਟਾ ਸੀਜ਼ਨਲ ਵਾਲੇ 9 ਮਹੀਨਿਆਂ ਵਾਲੇ ਜਿਹੜੇ ਪੇਪਰ ਆ ਇਹ ਜਿਹੜੇ ਆ ਛੇਤੀ ਨਿਕਲ ਜਾਂਦੇ ਆ ਪਰ ਇਦਾਂ ਦਾ ਕੋਈ ਖਾਸ ਨਹੀਂ ਹੁੰਦਾ ਜੀ ਕਿਉਂਕਿ ਸਾਲ ਵਾਲੇ ਪੇਪਰ ਹੋਣ ਚਾਹੇ 9 ਮਹੀਨੇ ਵਾਲੇ ਪੇਪਰ ਹੋਣ ਹੁਣ ਇਟਲੀ ਦੇ ਵਿੱਚ ਜਿਹੜੇ ਆ ਸਾਰੇ ਹੀ ਛੇਤੀ ਨਿਕਲਦੇ ਆ 2022 ਦੇ ਵਿੱਚ ਹੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਸੀ ਜਿਸ ਦੇ ਨਾਲ ਇਟਲੀ ਦੇ ਵਿੱਚ ਜਿਹੜੇ ਪੇਪਰ ਬੰਦੇ ਦੇ ਜੁੱਦਾਏ ਭਰਦੇ ਸਨ ਮਹੀਨੇ ਤੋਂ ਬਾਅਦ 30 ਦਿਨਾਂ ਤੋਂ ਬਾਅਦ ਜੇਕਰ ਉਹਨਾਂ ਦੀ ਫਾਈਲ ਚੱਕੀ ਨਹੀਂ ਗਈ ਤਾਂ ਆਟੋਮੈਟਿਕ ਉਹਨਾਂ ਨੂੰ ਜਿਹੜਾ ਨੂ ਲਾਸਤ ਉਹਨਾਂ ਦੇ ਪੇਪਰ ਨਿਕਲ ਜਾਂਦੇ ਬਸ਼ਰਤ ਸ਼ਰਤ ਬਸ ਇਹ ਸੀ ਕਿ ਉਸ ਏਰੀਆ ਦਾ ਕੋਟਾ ਜਿਹੜਾ ਖਤਮ ਨਾ ਹੋਇਆ ਹੋਵੇ ਇਸ ਕਰਕੇ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਆ ਕਿ ਕੋਟੇ ਦਾ ਸਿਸਟਮ ਹੁੰਦਾ ਹੈ 9 ਮਹੀਨੇ 6 ਮਹੀਨੇ ਚ ਹੁਣ ਫਰਕ ਨਹੀਂ ਰਿਹਾ ਫਰਕ ਇਹੀ ਆ ਸਾਲ ਵਾਲਾ ਜਿਹੜਾ ਆ ਉਹ ਬੰਦਾ ਪੱਕਾ ਹੋ ਜਾਂਦਾ 9 ਮਹੀਨੇ ਜਾਂ 6 ਮਹੀਨੇ ਦੇ ਜਿਹੜਾ ਸੀਜ਼ਨਲ ਵਰਕ ਪਰਮਨੈਂਟ ਆਂਦਾ ਉਹ ਤਕਰੀਬਨ ਤਕਰੀਬਨ ਕੱਚਾ ਰਹਿੰਦਾ ਹੁਣ ਕੁਝ ਇਟਲੀ ਦੀਆਂ ਅਸੀਂ ਖਬਰਾਂ ਵੱਲ ਜਾਣ ਜਾਣਦੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਇਟਲੀ ਦੇ ਵਿੱਚ ਇੱਕ ਖਬਰ ਚੱਲ ਰਹੀ ਹੈ ਜੀ ਇੱਕ ਸਟੂਡੈਂਟ ਨੇ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੀ ਇੱਕ ਹੋਰ ਸਟੂਡੈਂਟ ਦਾ ਕਤਲ ਕਰਕੇ ਉਸ ਨੂੰ 20 ਵਾਰ ਚਾਕੂ ਦੇ ਨਾਲ ਵਾਰ ਕੀਤਾ ਤੇ ਇੱਕ ਪਹਾੜੀ ਤੋਂ ਉਸ ਨੂੰ ਸੁੱਟ ਦਿੱਤਾ ਤਕਰੀਬਨ 40 ਤੋਂ 50 ਮੀਟਰ ਉੱਚੀ ਜਿਹੜੀ ਪਹਾੜੀ ਸੀ ਜਿਸ ਤੋਂ ਉਹਨੇ ਤੱਕਾ ਮਾਰਿਆ ਉਸ ਦੀ ਲਾਸ਼ ਕੁੜੀ ਦੀ ਮਿਲ ਗਈ ਉਸ ਕੁੜੀ ਨੂੰ 3 ਦਿਨ ਪਹਿਲਾਂ ਉਹਨੇ ਡਿਗਰੀ ਇਥੇ ਦੀ ਕਰਨੀ ਸੀ ਡਾਕਟਰ ਉਹਦੇ ਨਾਂ ਦੇ ਮੋਹਰੇ ਲੱਗਣਾ ਸੀ ਉਸ ਨੂੰ ਮਾਰਨ ਤੋਂ ਬਾਅਦ ਉਸ ਦਾ ਅਹੁਦਾ ਦੇ ਦਿੱਤਾ ਗਿਆ ਕੁੜੀ ਦਾ ਮੁੰਡਾ ਜਿਹੜਾ ਜਰਮਨ ਦੇ ਵਿੱਚ ਇਹ ਦਾ ਹੋਇਆ ਜੈ ਸੌਰੀ ਜਰਮਨ ਦੇ ਵਿੱਚ ਪੁਲਿਸ ਨੇ ਫੜਿਆ ਆウトੋਸਰਾਦੇ ਦੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਤੇਲ ਮੁੱਕ ਗਿਆ ਹੈ ਗੱਡੀ ਸਾਈਡ ਤੇ ਲਾਈ ਹੋਈ ਸੀ ਪੁਲਿਸ ਨੇ ਚੈੱਕ ਕੀਤਾ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੰਦੇ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਹੁਣ ਇਹ ਕਹਿ ਰਿਹਾ ਕਿ ਮੈਂ ਇਟਲੀ ਦੇ ਵਿੱਚ ਵਾਪਸ ਆਣਾ ਸੀ ਤੇ ਆਪਣੇ ਆਪ ਨੂੰ ਜਿਹੜਾ ਸਰੈਂਡਰ ਕਰਨਾ ਸੀ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਆ ਕਤਲ ਕਰਨ ਦਾ ਕਾਰਨ ਕੀ ਆ ਇਹ ਜਿਹੜੀਆਂ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣੀਆਂ ਉਸ ਤੋਂ ਬਾਅਦ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਜਿਹੜਾ ਦੀਨਾ ਕੁਰਜ਼ਾਨੋ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਆ ਪੀਤza ਖਾਣ ਤੋਂ ਬਾਅਦ ਇੱਕ ਰੈਸਟੋਰਾਂਟ ਤੇ ਪੀਤza ਰੀਏ ਦੇ ਵਿੱਚ ਗਈ ਸੀ ਇੱਕ ਔਰਤ ਜਿੱਥੇ ਉਹਨੇ ਪੀਤza ਖਾਧਾ ਮੀਆਂ ਬੀਬੀ ਗਏ ਸਨ ਤੇ ਮੌਤ ਜਿਹੜੀ ਹੋਈ ਆ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਮੌਤ ਦੇ ਵਿੱਚ ਇੱਕ ਐਕਸੀਡੈਂਟਲ ਜ਼ਹਿਰ ਬਣੀ ਆ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਸਮਾਨ ਪਾਇ ਹੈ ਪ੍ਰੋਡਕਟ ਪਾਇ ਸੀ ਉਸ ਦੇ ਕਾਰਨ ਜਿਹੜੀ ਮੌਤ ਨਹੀਂ ਹੋਈ ਜਿਹੜਾ ਪੋਸਟਮਾਰਟਮ ਤੋਂ ਬਾਅਦ ਬਿਆਨ ਹੁਣ ਸਾਹਮਣੇ ਆ ਰਿਹਾ ਹੈ ਅਗਲਾ ਜੋ ਅਪਡੇਟ ਆ ਰਿਹਾ ਜੀ ਇਟਲੀ ਦੇ ਵਿੱਚ ਟਿਕਟੌਕ ਦੇਖ ਚੈਲੰਜ ਚੱਲ ਰਿਹਾ ਟਿਕਟੌਕ ਦੇ ਚੈਲੰਜ ਜਿਹੜੇ ਬਹੁਤ ਹੀ ਜ਼ਿਆਦਾ ਮਸ਼ਹੂਰ ਹੁੰਦੇ ਆ ਜਿਹੜਾ ਟਿਕਟੌਕ ਦੇ ਚੈਲੰਜ ਆ ਉਹ ਆ ਜੀ ਹੌਟ ਚਿਪ ਚੈਲੰਜ ਹੁਣ ਹੌਟ ਜਿਪ ਚੈਲੰਜ ਇੱਕ ਪਾਤਾਤੀ ਨਿਆਕ ਇਹ ਬਹੁਤ ਹੀ ਕੋਆਰਡੀਨੇਟ ਜਿਹੜਾ ਇਹਨਾਂ ਨੂੰ ਖਾ ਲਵੇ ਪੂਰੇ ਪੈਕੇਟ ਨੂੰ ਤੇ ਉਹ ਬਹੁਤ ਗੋੜੇ ਆ ਥੋੜਾ ਮੁਸ਼ਕਲ ਹੁੰਦਾ ਖਾਣਾ ਪਰ ਪ੍ਰੋਬਲਮ ਕੀ ਆ ਇਸ ਪ੍ਰੋਬਲਮ ਇਹ ਦੇ ਵਿੱਚ ਇਹ ਜਿਹੜਾ ਚਿਪਸ ਦਾ ਪੈਕੇਟ ਆ ਇਸ ਚਿਪਸ ਦੇ ਉੱਤੇ ਹੌਟ ਚਿਪ ਚੈਲੰਜ ਲਿਖਿਆ ਹੋਇਆ ਉਸ ਦੇ ਉੱਤੇ ਇੱਕ 12 ਇੱਕ ਤਬੂਤ ਬਣਾਇਆ ਹੋਇਆ ਜੋ ਕਿ ਆ ਇਸ ਜਨਰੇਸ਼ਨ ਦੇ ਲਈ ਬਹੁਤ ਹੀ ਜਿਹੜਾ ਗਲਤ ਇਨਫੋਰਮੇਸ਼ਨ ਜਿਹੜੀ ਜਾ ਰਹੀ ਆ ਇਹ ਸਾਨੂੰ ਦੱਸਿਆ ਜਾ ਰਿਹਾ ਜੀ ਲਾ ਪਤਾ ਦੀ ਨਾ ਸੁਪਰ ਪਿੱਕ ਕਾਂ ਤੇ ਜਿਹੜਾ ਹੌਟ ਚਿਪ ਚੈਲੰਜ ਇਸ ਟਾਈਮ ਚੱਲ ਰਿਹਾ ਇਹ ਬਹੁਤ ਹੀ ਜ਼ਿਆਦਾ ਇਸ ਟਾਈਮ ਖਬਰਾਂ ਦੇ ਵਿੱਚ ਚੱਲ ਰਿਹਾ ਜੀ ਹੁਣ ਇਸ ਟਾਈਮ ਹੈਲਥ ਡਿਪਾਰਟਮੈਂਟ ਨੇ ਇਸ ਪਾਤਾਤੀ ਨੇ ਇਸ ਜਿਹੜੀ ਚਿਪਸ ਕੰਪਨੀ ਦੇ ਉੱਤੇ ਇਨਕੁਆਰੀ ਸ਼ੁਰੂ ਕੀਤੀ ਪੁਲਿਸ ਵਾਲੇ ਨਾਸ ਮਹਿਕਮੇ ਵਾਲੇ ਇੱਥੇ ਪਹੁੰਚ ਗਏ ਅਤੇ ਹੁਣ ਜਿਹੜਾ ਅੰਟੀ ਟ੍ਰਸਟ ਮਹਿਕਮਾ ਕੰਜ਼ਿਊਮਰ ਕੋਰਟ ਅਸੀਂ ਜਿਹੜਾ ਕਹਿ ਸਕਦੇ ਹਾਂ ਉਹ ਵੀ ਇਹਨਾਂ ਦੇ ਕੋਲ ਪਹੁੰਚ ਗਏ ਨੇ ਦੇਖਣ ਦੇ ਲਈ ਕਿ ਅਸਲ ਦੇ ਵਿੱਚ ਇਸ ਚਿਪਸ ਦੇ ਵਿੱਚ ਹੈ ਕੀ ਕੀ ਨਹੀਂ ਇਸ ਚਿਪਸ ਦਾ ਇਸ ਕੰਪਨੀ ਦਾ ਹੁਣ ਜਿਹੜਾ ਚੰਗੀ ਤਰ੍ਹਾਂ ਇਹਨਾਂ ਨੇ ਜਲੂਸ ਕੱਢ ਦੇਣਾ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਯੂਰਪੀਅਨ ਯੂਨੀਅਨ ਵੱਲੋਂ ਲੀਫੋਰਸਾਤ ਉਹ ਜਿਹੜੀ ਆ ਲੀਫੋਰਸੇਟ ਇਟ ਇੰਗਲਿਸ਼ ਦੇ ਵਿੱਚ ਇਸ ਦਾ ਨਾਮ ਇਸ ਦੀ ਵਰਤੋਂ ਕਰਨ ਦੀ ਆ ਜਿਹੜੀ ਮਿਆਦ ਨੂੰ ਹੋਰ 10 ਸਾਲ ਦੇ ਲਈ ਵਧਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਰਗੇਨਾਈਜੇਸ਼ਨ ਨੇ ਮੁੰਦੀਆਲੀ ਦੇ ਨਾਲ ਸੰਯਤ ਸੰੀਤਾ ਜਿਹੜਾ OMS ਆ ਉਹ ਕਹਿ ਰਹੀ ਹੈ ਕਿ ਇਸ ਦੀ ਜੇ ਅਸੀਂ ਵਰਤੋਂ ਕਰਦੇ ਹਾਂ ਤੇ ਇਸ ਦੀ ਵਰਤੋਂ ਦੇ ਨਾਲ ਕੈਂਸਰ ਹੋ ਸਕਦਾ ਅਸਲ ਦੇ ਵਿੱਚ ਹੈ ਕਿ ਲੀਫੋਸਾਤ ਲੀਫੋਸਾਤ ਨੂੰ ਇੱਕ ਕੈਮੀਕਲ ਇੱਕ ਅਸੀ ਨੂੰ ਸਪਰੇਅ ਕਹਿ ਸਕਦੇ ਇੱਕ ਸਪਰੇਅ ਮਾਰੀ ਜਾਂਦੀ ਹੈ ਕਿ ਜਿਹੜਾ ਘਾਹ ਜਿਹੜਾ ਨਾ ਉਗੇ ਇੱਕ ਸਪਰੇਅ ਜੋ ਖੇਤਾਂ ਦੇ ਵਿੱਚ ਮਾਰੀ ਜਾਂਦੀ ਹੈ ਕਿ ਉਸ ਜਗ੍ਹਾ ਤੇ ਸਿਰਫ ਫਸਲ ਹੀ ਉਗੇ ਉਸ ਜਗ੍ਹਾ ਤੇ ਘਾਹ ਜਿਹੜਾ ਨਾ ਉਗੇ ਇਹ ਇੱਕ ਬਹੁਤ ਹੀ ਜਿਹੜਾ ਪੋਤੈਂਟ ਐਰਵੀਚੀ ਦਾ ਤੇ ਹੁਣ ਇਸ ਐਰਬੀ ਜੀ ਦਾ ਦੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ ਨਾਲ WHO ਆਰਗੇਨਾਈਜੇਸ਼ਨ ਨੇ ਮੁੰਡਿਆਲੇ ਦੇ ਲਸਾਨੀਤਾ ਇਸ ਗਾਲ ਨੂੰ ਮੰਨਦੇ ਨੇ ਇਸ ਦੀ ਵਰਤੋਂ ਦੇ ਨਾਲ ਕੈਂਸਰ ਹੋ ਸਕਦੀ ਆ ਤੇ ਉਧਰ ਜਿਹੜੀ ਯੂਰਪ ਦੀਆਂ ਏਜੰਸੀਆਂ ਨੇ ਉਹ ਕਹਿੰਦੀਆਂ ਨੇ ਕਿ ਨਹੀਂ ਇਸ ਦੇ ਨਾਲ ਕੈਂਸਰ ਨਹੀਂ ਹੋ ਸਕਦਾ ਯੂਰਪ ਯੂਨੀਅਨ ਦੇ ਵਿੱਚ ਇਸ ਨੂੰ ਹੋਰ 10 ਸਾਲ ਦੇ ਲਈ ਵਰਤਿਆ ਜਾ ਸਕਦਾ ਯੂਰਪ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੈਮੀਕਲ ਨੇ ਬਹੁਤ ਸਾਰੇ ਇਹੋ ਜਿਹੇ ਸਾਲਟ ਨੇ ਜੋ ਬੈਨ ਹੁੰਦੇ ਆ ਜੋ ਕਿ ਦੂਸਰੇ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਨਾਰਮਲੀ ਵਰਤਿਆ ਜਾ ਸਕਦਾ। ਉਸ ਤੋਂ ਬਾਅਦ ਜਦੋਂ ਅਸੀਂ ਹੁਣ ਬੈਨ ਦੀ ਗੱਲ ਕਰਦੇ ਹਾਂ ਬੈਨ ਦੇ ਵਿੱਚ ਕੋਕਾ ਕੋਲਾ ਆ ਰਿਹਾ ਜੀ। ਕੋਕਾ ਕੋਲਾ ਜੇਕਰ ਤੁਸੀਂ ਪੀਣ ਦੇ ਸ਼ੌਕੀਨ ਆ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ। ਚਾਹੇ ਇਹ ਖਬਰ ਕਿਸੇ ਹੋਰ ਦੇਸ਼ ਦੀ ਆ ਪਰ ਇਹ ਹੈ ਤਾਂ ਕੋਕਾ ਹੀ ਕੋਲਾ। ਕੋਕਾ ਕੋਲਾ ਇਸ ਟਾਈਮ 5 ਕੇਸ ਹੋ ਗਏ ਨੇ ਫੂਡ ਪੌਇਜ਼ਨ ਦੇ। ਦੱਸਿਆ ਜਾ ਰਿਹਾ ਜੀ ਕਰੋਸ਼ੀਆ ਦੇ ਵਿੱਚ ਲੋਕਾਂ ਨੂੰ ਗਲ ਖਰਾਬ ਹੋ ਰਿਹਾ ਬਹੁਤ ਹੀ ਜ਼ਿਆਦਾ ਗਲਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿਹੜਾ ਕੋਕਾ ਕੋਲਾ ਜੀ ਇਹ ਕੋਕਾ ਕੋਲਾ ਕੋਕਾ ਕੋਲਾ オリジナル ਟੇਸਟ ਇਸ ਦੇ ਵਿੱਚ ਇਹਨੂੰ ਪੀਣ ਦੇ ਨਾਲ ਲੋਕਾਂ ਨੂੰ ਜਿਹੜੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਟੋਟਲ 5 ਕੇਸ ਹੁਣ ਤੱਕ ਆ ਚੁੱਕੇ ਨੇ ਗਲ ਦੁਖਣ ਦੇ ਨਾਲ-ਨਾਲ ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਕੋਕੇ ਨੂੰ ਕੋਕਾ ਕੋਲਾ ਪੀਣ ਤੋਂ ਬਾਅਦ ਲੋਕਾਂ ਨੂੰ ਪੇਟ ਦੀ ਪ੍ਰੋਬਲਮ ਬਹੁਤ ਆਈ ਜਿੰਨੇ ਵੀ ਜਿੰਨੀਆਂ ਵੀ ਜੜੀਆਂ ਰਿਪੋਰਟਾਂ ਦਰਜ ਹੋ ਰਹੀਆਂ ਨਾ ਸਾਰਿਆਂ ਦੇ ਵਿੱਚ ਜਿਹੜਾ ਕੋਕਾ ਕੋਲਾ ਹੀ ਲੋਕਾਂ ਨੇ ਪੀਤਾ ਸੀ ਕੋਕੇ ਕੋਲੇ ਦੇ ਨਾਲ ਨਾਲ ਹੋਰ ਵੀ ਜਿਹੜਾ ਪਾਣੀ ਕਰਵਾਸੀਆ ਦੀ ਮਾਰਕੀਟ ਦੇ ਵਿੱਚੋਂ ਪਾਣੀ ਦੇ ਦੋ ਬ੍ਰਾਂਡ ਆ ਜਿਹੜੇ ਜੋ ਇਟਲੀ ਦੇ ਵਿੱਚ ਨਹੀਂ ਵਿਕ ਰਹੇ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਕਿਉਂਕਿ ਇਸ ਦੇ ਨਾਲ ਵੀ ਪ੍ਰੋਬਲਮ ਆ ਰਹੀ ਸੀ ਕਈਆਂ ਨੂੰ ਉਲਟੀਆਂ ਵੀ ਲੱਗ ਗਈਆਂ ਤੇ ਕਿਸੇ ਕਿਸੇ ਉਲਟੀ ਦੇ ਵਿੱਚ ਖੂਨ ਦੇ ਟ੍ਰੇਸਸ ਵੀ ਪਾਏ ਗਏ ਤੇ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਕੋਕਾ ਕੋਲਾ ਪੀਣ ਦੇ ਸ਼ਕੀਨਾਂ ਚਾਹ ਤੋਂ ਪਹਿਲਾਂ ਕੋਕਾ ਕੋਲਾ ਪੀਨੇ ਹੋ ਜਾਂ ਫਿਰ ਕੋਕਾ ਕੋਲਾ ਦੇ ਪੱਕੇ ਸੈਣਾਂ ਤਾਂ ਖਿਆਲ ਰੱਖਿਓ ਜੀ ਇਸ ਨੂੰ ਦਵਾਈ ਦੀ ਤਰ੍ਹਾਂ ਲੋਂਗੇ ਤਾਂ ਬਹੁਤ ਵਧੀਆ ਆਵਾ ਗੌਣ ਪੀਓਗੇ ਤਾਂ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਇਹ ਕਰ ਸਕਦਾ ਇਹ ਨਹੀਂ ਕੁਝ ਵੀ ਹੋ ਸਕਦਾ ਕੋਈ ਵੀ ਚੀਜ਼ ਹੱਦ ਤੋਂ ਵੱਧ ਪੀਤੀ ਜਾਵੇ ਤਾਂ ਨੁਕਸਾਨ ਹੀ ਕਰਦੀ ਹੈ ਮਿਲਦੇ ਹਾਂ ਜੀ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ